ਹਰਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਨੂੰ ਪ੍ਰਾਪਤ ਕਰਨ ਲਈ ਦਿੱਲੀ ਦੇ ਸਿੱਖਾਗੋ ਗੁਰਚਰਨ ਸਿੰਘ ਬੱਬਰ ਦੀ ਅਗਵਾਈ ਵਿੱਚ ਸਿੱਖਾਂ ਦਾ ਇੱਕ ਜਥਾ ਹਕਾਲ ਤੱਕ ਸੈਬ ਤੋਂ ਅਰਦਾਸ ਕਰਕੇ ਹਰਦੁਆਰ ਵੱਲ ਰਵਾਨਾ ਹੋਇਆ ਅਮਰੀਕ ਸਰਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਹੁਣ ਅਸੀਂ ਜ਼ਬਰੇ ਗੁਰਦੁਆਰਾ ਸਾਹਿਬ ਦਾ ਕਬਜ਼ਾ ਲਵਾਂਗੇ ਅਸੀਂ ਪਿਛਲੇ 14 ਸਾਲਾਂ ਤੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਾਸਲ ਕਰਨ ਦੇ ਲਈ ਜਦੋ ਜਹਿਦ ਕਰ ਰਹੇ ਹਾਂ ਸਿੱਖ ਲੀਡਰਸ਼ਿਪ ਦੇ ਵਿੱਚ ਇਮਾਨਦਾਰੀ ਦੀ ਕਾਟ ਕਰਕੇ ਇਹ ਸਥਾਨ ਸਾਨੂੰ ਹਾਸਲ ਨਾ ਹੋ ਸਕਿਆ ਉਹਨਾਂ ਕਿਹਾ ਕਿ ਹਰਦੁਆਰ ਵਿੱਚ ਹਰ ਕੀ ਪੌ ਇੱਕ ਪੂਰਾ ਇਲਾਕਾ ਨਾਨਕਵਾੜਾ ਨਾਮ ਅਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਬੋਲਦਾ ਹੈ ਇਸ 25 ਏਕੜ ਜ਼ਮੀਨ ਤੇ ਹੁਣ ਹਰਦਵਾਰ ਦੇ ਪੌਂਡਿਆਂ ਨੇ ਕਬਜ਼ਾ ਕਰ ਲਿਆ ਹੈ ਇਸ ਥਾਂ ਤੇ ਦੁਕਾਨਾਂ ਘਰ ਪਾਰਕਿੰਗ ਅਤੇ ਮੰਦਰ ਬਣਾ ਲਏ ਗਏ ਹਨ ਪਰ ਇਹ ਥਾਂ ਅੱਜ ਵੀ ਗੁਰਨਾਨਕ ਦੇਵ ਜੀ ਦੇ ਨਾਮ ਤੇ ਹੀ ਬੋਲਦੀ ਹੈ ਗੁਰਚਰਨ ਸਿੰਘ ਬੱਬਰ ਨੇ ਕਿਹਾ ਹੈ ਕਿ ਬਾਬਾ ਜੀ ਦੇ ਇਸ ਪਵਿੱਤਰ ਸਥਾਨ ਤੇ ਕਬਜ਼ਾ ਕਰਕੇ ਸਿੱਖਾਂ ਨੂੰ ਚੁਣੌਤੀ ਦੇ ਰਹੇ ਹਨ ਉਹਨਾਂ ਕਿਹਾ ਹੈ ਕਿ ਕਰੀਬ 500 ਸਾਲ ਪੁਰਾਣੇ ਇਸ ਸਥਾਨ ਤੇ ਕਬਜ਼ਾ ਸਿੱਖਾਂ ਨੂੰ ਚੁਣੌਤੀ ਹੈ ਸਿੱਖਾਗੂ ਗੁਰਚਰਨ ਸਿੰਘ ਬੱਬਰ ਕਿ ਹੈ ਕਿ ਇਸ ਥਾਂ ਦੀ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਨੇ 2 ਸਾਲ ਪਹਿਲਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਪ੍ਰਾਪਤੀ ਲਈ ਇੱਕ ਦਿਨ ਜਪਜੀਤ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ ਸੀ ਅਤੇ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਤੋਂ ਬਾਅਦ ਹੁਣ ਇਸ ਥਾਂ ਦੀ ਪ੍ਰਾਪਤੀ ਲਈ ਵੀ ਜਦੋਜहद ਸ਼ੁਰੂ ਕੀਤੀ ਜਾਵੇਗੀ ਪਰ ਅਫਸੋਸ ਦੀ ਗੱਲ ਹੈ ਕਿ ਹੁਣ ਜਦੋਂ ਅਸੀਂ ਹਰਦਵਾਰ ਜਾ ਰਹੇ ਹਾਂ ਤਾਂ ਮੈਂ 15 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦਿੱਲੀ ਕਮੇਟੀ ਦੇ ਪ੍ਰਧਾਨ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਸੁਨੇਹਾ ਭੇਜਿਆ ਸੀ ਨੇ ਇਸ ਦੀ ਹਾਮੀ ਨਹੀਂ ਭਰੀ ਇਸ ਤੋਂ ਪਹਿਲਾਂ ਗੁਰਚਰਨ ਸਿੰਘ ਬੱਬਰ ਨੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕੀਤੀ ਅਤੇ ਹਰਦੁਆਰ ਵਾਸਤੇ ਚਾਲੇ ਪਾਏ ਉਧਰ ਜਿੱਥੇ ਇੱਕ ਪਾਸੇ ਸ਼ਰੋਮਣੀ ਕਮੇਟੀ ਦਿੱਲੀ ਕਮੇਟੀ ਸਮੇਤ ਪ੍ਰਮੁੱਖ ਪੰਥਕ ਤਰ੍ਹਾਂ ਦੇ ਆਗੂਆਂ ਦੇ ਵੱਲੋਂ ਸਿੱਖ ਆਗੂ ਗੁਰਚਰਨ ਸਿੰਘ ਬੱਬਰ ਦੇ ਸੁਨੇਹੇ ਦਾ ਕੋਈ ਜਵਾਬ ਨਾ ਦਿੱਤਾ ਗਿਆ ਉੱਥੇ ਹੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਟਿੱਚ ਨਾਲ ਅਰਦਾਸ ਕਰਕੇ ਰਵਾਨਾ ਹੋਈਆਂ ਸਿੱਖ ਸੰਗਤਾਂ ਨੂੰ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਕੁਲਹਾਲ ਚੈੱਕ ਪੋਸਟ ਦਲੀਪੁਰ ਦੇਰਾਦੂਨ ਪਹੁੰਚਦੇ ਅਹੀ ਗ੍ਰਿਫਤਾਰ ਕਰ ਲਿਆ ਦੇਰਾਦੂਨ ਪੁਲਿਸ ਪ੍ਰਸ਼ਾਸਨ ਨੇ ਭਾਰੀ ਪੁਲਿਸ ਦਾ ਬੰਦੋਬਸਤ ਪਹਿਲਾਂ ਤੋਂ ਹੀ ਕੀਤਾ ਹੋਇਆ ਸੀ ਤਾਂ ਦੱਸ ਦਈਏ ਕਿ ਇਸ ਜਥੇ ਦੀ ਅਗ ਬੱਬਰ ਦੇ ਆਗੂ ਗੁਰਚਰਨ ਸਿੰਘ ਬੱਬਰ ਕਰ ਰਹੇ ਸਨ ਜਿਵੇਂ ਹੀ ਪੰਜਾਬ ਤੋਂ ਇਸ ਜਥੇ ਦੇ ਹਿਮਾਚਲ ਪਹੁੰਚਣ ਦੀ ਖਬਰ ਉੱਤਰਾਖੰਡ ਪ੍ਰਸ਼ਾਸਨ ਨੂੰ ਮਿਲੀ ਤਾਂ ਉੱਤਰਾਖੰਡ ਪ੍ਰਸ਼ਾਸਨ ਚੁੱਕਰਨਾ ਹੋ ਗਿਆ ਪ੍ਰਸ਼ਾਸਨ ਨੇ ਉੱਤਰਾਖੰਡ ਦੇ ਆਪਣੇ ਸਾਰੇ ਬਾਰਡਰ ਸੀਲ ਕਰਕੇ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਹਰ ਤਰ੍ਹਾਂ ਸਿੱਖਾਂ ਨੂੰ ਖਾਸ ਕਰਕੇ ਪਗੜੀ ਧਾਰੀ ਸਰਦਾਰਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਪ੍ਰਸ਼ਾਸਨ ਦੀ ਇਸ ਪੁਲਿਸੀਆ ਕਾਰਵਾਈ ਨੂੰ ਆਲ ਇੰਡੀਆ ਸਿੱਖ ਕਾਨਫਰੰਸ ਬੱਬਰ ਦੇ ਆਗੂ ਗੁਰਚਰਨ ਸਿੰਘ ਬੱਬਰ ਨੇ ਸਰਕਾਰ ਦੀ ਵੱਡੀ ਸਾਜ਼ਿਸ਼ ਦੱਸਿਆ ਜੋ ਕਿ ਕਾਨੂੰਨ ਦੇ ਖਿਲਾਫ ਹੈ ਹਾਲਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਪਰਾਸ਼ਟਰਪਤੀ ਗ੍ਰਹਿ ਮੰਤਰੀ ਰਾਜਪਾਲ ਅਤੇ ਮੁੱਖ ਮੰਤਰੀ ਉੱਤਰਾਖੰਡ ਪੰਜਾਬ ਹਰਿਆਣਾ ਉੱਤਰਾਖੰਡ ਅਤੇ ਦਿੱਲੀ ਤੋਂ ਇਲਾਵਾ ਉੱਤਰਾਖੰਡ ਪ੍ਰਸ਼ਾਸਨ ਨੂੰ ਪਹਿਲਾਂ ਹੀ ਦਿੱਤੀ ਗਈ ਸੀ ਅਸੀਂ ਬੈਲਾ ਰਿਦਮ ਕੈਂਸਰ ਕੇਅਰ ਵੱਲੋਂ ਇੱਕ ਪ੍ਰੈਸ ਕੈਂਸਰ ਦੇ ਇਲਾਜ ਵਾਸਤੇ ਇੱਕ ਲਾਇਨਰਸ ਫਾਊਂਡੇਸ਼ਨ ਹੈਗੀ ਹੈ ਉਮੀਦ ਇਨੀਸ਼ੀਏਟਿਵ ਹੈ ਉਹਨਾਂ ਦਾ ਇੱਕ ਇੰਟਰਨੈਸ਼ਨਲ ਡਰਗ ਟਰਾਇਲ ਵੀ ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ ਹੈ ਇਹਨਾਂ ਤਿੰਨਾਂ ਆਰਗੇਨਾਈਜੇਸ਼ਨਸ ਦੇ ਨਾਲ ਰਲ ਕੇ ਜੋ ਵੀ ਪੈਣ ਜਾਂ ਮਾਂ ਜਿਸ ਨੂੰ ਬ੍ਰੈਸਟ ਕੈਂਸਰ ਹੋਣੇ ਪਤਾ ਲੱਗਦਾ ਹੈ ਜਾਂ ਬ੍ਰੈਸਟ ਕੈਂਸਰ ਕੁਦੀ ਵਰਗੀ ਕੋਈ ਸ਼ਿਕਾਇਤ ਹੁੰਦੀ ਹੈ ਉਹ ਸਾਨੂੰ ਜਰੂਰ ਕੰਟੈਕਟ ਕਰਨ ਤੇ ਜੇ ਲੋਡ 1 ਹੈਗੇ ਤੇ ਉਹਨਾਂ ਦਾ ਦਵਾਈ ਕੀਮੋਥੈਰੇਪੀ ਆਪਰੇਸ਼ਨ ਬਹੁਤ ਹੀ ਮਹਿੰਗੀ ਦਵਾਈ ਜਿਹਨੂੰ ਹਰ ਰੈਸੈਪਟਰਨ ਕਹਿੰਦੇ ਆ ਟਾਰਗੇਟਡ ਥੈਰੇਪੀ ਜਿਹੜੀ ਹੈਗੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਸਟਾਈਲ ਦੇ ਥਰੂ ਤੁਸੀਂ ਇਸ ਨੂੰ ਯੂਜ਼ ਕਰੋ ਸੰਗਤ ਦਾ ਭਲਾ ਹੋ ਸਕੇ ਤਾਂ ਅਸੀਂ ਹੋਰ ਲੋਕਾਂ ਨੂੰ ਬਿਮਾਰੀ ਤੋਂ ਨਜਾਤ ਦਿਲਾ ਪਾਈ ਗਏ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ